ਇਹੀ ਪਾਕਿਸਤਾਨ ਦੀ ਝੋਲੀ ਦੇ ਵਿੱਚ ਕੱਪ ਵਰਲਡ ਕੱਪ ਦਿੱਤਾ ਸਟਾਰ ਅਸੀਂ ਬਾਅਦ ਚਾ ਪਹਿਲੋਂ ਅਸੀਂ ਜਿਹੜੀ ਆਪਣੀ ਗੇਮ ਦੀ ਵਜ੍ਹਾ ਤੋਂ ਫੇਮਸ ਹੋਏ ਅਸਲਾਮੁਅਲੈਕਮ ਮੈਂ ਅਨਸਰ ਟਲ ਹਾਂ ਤੁਸੀਂ ਵੇਖ ਰਹੇ ਹੋ ਪੰਜਾਬੀ ਲਾਇਰ ਕਬੱਡੀ YouTube ਚੈਨਲ ਜਿੱਥੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰੀ ਦੀ ਹੈ ਮੁxtਲਫ ਜਗ੍ਹਾ ਤੇ ਜਾ ਕੇ ਪੰਜਾਬ ਨੂੰ ਲੈ ਕੇ ਪੰਜਾਬੀਅਤ ਨੂੰ ਲੈ ਕੇ ਤੇ ਮਾਂ ਬੋਲੀ ਪੰਜਾਬੀ ਦੇ ਕੰਮ ਕਰੀਦਾ ਉੱਥੇ ਨਾਲ ਨਾਲ ਮਾਂ ਬੋਲੀ ਮਾਂ ਖੇਡ ਕਬੱਡੀ ਦੀ ਗੱਲ ਨਾ ਕਰੀਏ ਤਾਂ ਜ਼ਿਆਤੀ ਹੋਏਗੀ ਮੇਰੇ ਨਾਲ ਇਸ ਵੇਲੇ ਪਾਕਿਸਤਾਨ ਦੇ ਬਲਕੇ ਪੂਰੀ ਦੁਨੀਆ ਦੇ ਸੁਪਰਸਟਾਰ ਟਿਕਟੌਕ ਦੇ ਸਟਾਰ ਮਲਕ ਬਿਨਿਆਮਨ ਉਹਨਾਂ ਦੇ ਪਿੰਡ ਪਹੁੰਚੇ ਆ ਮਲਕ ਬਿਨਿਆਮਨ ਦੇ ਨਾਲ ਉਹਨਾਂ ਦੇ ਭਾਈ ਨੇ ਮਲਕ ਅਮਾਨੁੱਲਾ ਸੋ ਇਹਨਾਂ ਨਾਲ ਗੱਲਬਾਤ ਕਰਨੀ ਆ ਇਹਨਾਂ ਦੇ ਤ੍ਰੇਨਿੰਗ ਸੈਸ਼ਨ ਤੇ ਕਿੰਨੀ ਟ੍ਰੇਨਿੰਗ ਆ ਕਿਦੋਂ ਕਿੱਥੋਂ ਵੇਖ ਕੇ ਨਾਲ ਸ਼ੁਰੂ ਕੀਤੀ ਕਬੱਡੀ ਇੱਕ ਸ਼ਾਰਟ ਗੱਲਬਾਤ ਜਿਹੜੀ ਨਾਲ ਕਰਾਂਗੇ ਅਸਲਾਮੁਅਲੈਕਮ ਮਲਕ ਜੀ ਵਾਲੇਕੁਮ ਸਲਾਮ ਜੀ ਮਲਕ ਜੀ ਕਿਵੇਂ ਹੋ ਸੇਟ ਠੀਕ ਹੈ ਹਾਂ ਜੀ ਵਧੀਆ ਸ਼ੁਕਰ ਵੇਖਣ ਨੂੰ ਵਧੀਆ ਲੱਗਦੀ ਹੈ ਹਾਂ ਜੀ ਹਾਂ ਜੀ ਬਸ ਦੁਆਵਾਂ ਦਾਟੀਆਂ ਅੱਛਾ ਸਾਰਿਆਂ ਨਾਲ ਪਹਿਲਾਂ ਮਲਕ ਜੀ ਬਹੁਤ ਸਾਰੀਆਂ ਮੁਬਾਰਕਾਂ ਵਧਾਈਆਂ 2020 ਵਰਲਡ ਕੱਪ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਪਰਫਾਰਮੈਂਸ ਦਿੱਤੀ ਪੂਰੀ ਦੁਨੀਆ ਤੇ ਵਸਣ ਵਾਲੇ ਪੰਜਾਬੀਆਂ ਨੂੰ ਤੁਹਾਡੇ ਤੇ ਮਾਣ ਆ। ਤੁਹਾਨੂੰ ਕਿਵੇਂ ਮਹਿਸੂਸ ਹੋਇਆ ਵਰਲਡ ਕੱਪ ਤੋਂ ਬਾਅਦ? ਹਾਂਜੀ ਬਹੁਤ ਖੁਸ਼ੀ ਮਹਿਸੂਸ ਹੋਈ। ਅਹੀਂ ਪਾਕਿਸਤਾਨ ਦੀ ਝੋਲੀ ਦੇ ਵਿੱਚ ਕੱਪ ਵਰਲਡ ਕੱਪ ਦਿੱਤਾ ਤੇ ਇਦਾਂ ਹੀ ਜਿਹੜੇ ਮੇਰੇ ਭਰਾ ਵਾ ਦੁਆ ਕਰਦੇ ਰਹੇ ਨੇ। ਇਨਸ਼ਾਅੱਲਾ ਇਹਨਾਂ ਨੂੰ ਇਦਾਂ ਹੀ ਪਰਫਾਰਮੈਂਸ ਕਰਕੇ ਦਿਖਾਵਾਂ। ਵਰਲਡ ਕੱਪ ਖੇਡਣ ਤੋਂ ਪਹਿਲਾਂ ਲੱਗਦਾ ਸੀ ਵੀ ਮਲਕ ਬਿਨੀਯਾਮਨ ਜਿਹਨੂੰ ਮੈਂ ਸਮਝਦਾ ਹਾਂ ਪਹਿਲਾਂ ਲੋਕ ਤੇ ਜਾਣਦੇ ਸੀ ਲੇਕਿਨ ਉਸ ਲੈਵਲ ਤੇ ਨਹੀਂ ਵੀ ਐਡਾ ਵੱਡਾ ਨਾਮ ਹੋ ਜਾਏਗਾ ਪਾਕਿਸਤਾਨ ਦਾ ਨਹੀਂ ਸੀ ਜਾਣਦੇ ਤਕਰੀਬਨ ਨਾਲ ਦੇ ਪਿੰਡਾਂ ਵਾਲੇ ਬੋ ਕੱਟ ਜਾਣਦੇ ਸੀ ਵਰਲਡ ਕੱਪ ਨੇ ਅੱਲਾ ਪਾਕ ਨੇ ਇੱਜ਼ਤ ਦਿੱਤੀ ਇਹਦੇ ਵਿੱਚ ਬਹੁਤ ਜ਼ਿਆਦਾ ਤੇ ਮਿਹਨਤ ਵੀ ਸੀ ਦੁਆਵਾਂ ਸੀ ਤੁਹਾਡੇ ਭਰਾਵਾਂ ਦੀਆਂ ਮਾਪਿਆਂ ਦੀਆਂ ਸਾਰੀਆਂ ਦੀਆਂ ਦੁਆਵਾਂ ਦੇ ਨਾਲ ਇੱਥੋਂ ਤੱਕ ਪਹੁੰਚੇ ਵੈਸੇ ਤੇ ਟ੍ਰੇਨਿੰਗ ਵੇਖੀ ਮਿਹਨਤ ਅਸੀਂ ਵੇਖੀ ਜਿੰਨੀ ਕਰਦੇ ਹੋ ਤੁਸੀਂ ਪ੍ਰੋਫੈਸ਼ਨਲ ਇੱਕ ਡਿਊ ਦੀ ਟ੍ਰੇਨਿੰਗ ਕਰ ਲਈ ਹੈ ਵੈਸੇ ਉਹਨੂੰ ਤੁਸੀਂ ਟਿਕਟੌਕ ਦੀ ਰਾਈ ਵੀ ਲੋਕਾਂ ਤ ਪਹੁੰਚਾਉਂਦੇ ਹੋ ਕਿ ਫਿਜ਼ੀਕਲੀ ਕਿਵੇਂ ਫਿੱਟ ਰਹਿਣਾ ਬੜਾ ਵੱਡਾ ਮੈਸੇਜ ਜਾਂਦਾ ਲੋਕਾਂ ਤੱਕ ਕਿੰਨੇ ਕੈਂਡੀਟ ਟ੍ਰੇਨਿੰਗ ਦੀ ਲੋੜ ਆ ਹਾਂਜੀ 3 ਘੰਟੇ ਸਵੇਰ ਨੂੰ ਟ੍ਰੇਨਿੰਗ ਆ 3 ਸ਼ਾਮ ਨੂੰ 1 ਘੰਟਾ ਜਿਮ ਸੀ ਤੇ 7 ਘੰਟੇ ਟੋਟਲ ਟ੍ਰੇਨ ਬਣਦੀ ਆ ਤੇ ਲੋਕਾਂ ਤੱਕ ਇਸੇ ਤਰ੍ਹਾਂ ਪਹੁੰਚਾਈਦੀ ਆ ਕਿਉਂ ਉਹ ਜਿਹੜੇ ਦੇਖ ਕੇ ਨੂੰ ਫਾਲੋ ਕਰਦੇ ਆ ਤੇ ਗਲਤ ਕੰਮਾਂ ਤੋਂ ਬਚੇ ਰਹਿੰਦੇ ਆਪਣੇ ਆਪ ਨੂੰ ਫਿਜ਼ੀਕਲ ਫਿੱਟ ਰੱਖਦੇ ਤੇ ਉਮਰ ਇਦਾਂ ਹੀ ਅਸੀਂ ਇਹਨਾਂ ਨੂੰ ਇਨਸ਼ਾਅੱਲਾ ਟ੍ਰੇਨਿੰਗ ਦਿੰਦੇ ਰਵਾਂਗੇ ਤੇ ਬਾਕੀ ਕਈ ਲੋਕ ਸਮਝਦੇ ਆ ਪਤਾ ਨਹੀਂ ਇਹ ਮੱਲਾਕ ਟਿਕਟੋਕ ਦਾ ਚਲਾਉਂਦਾ ਬਸ ਟਿਕਟੋਕ ਹੀ ਨਹੀਂ ਅਸੀਂ ਇਹ ਕੋਈ ਜਿਹੜਾ ਆਉਣ ਵਾਲਾ ਦੌਰ ਆ ਆਉਣ ਵਾਲੇ 2 ਸਾਲ ਆ ਮਲਕ ਜੀ ਇਹ ਸੋਸ਼ਲ ਮੀਡੀਆ ਦੇ ਨੇ ਇਹ ਟੀਵੀ ਕਿਸੇ ਨੇ ਨਹੀਂ ਵੇਖਣਾ ਇਹ ਇਸੇ ਸੋਸ਼ਲ ਮੀਡੀਆ ਦੀ ਰਹੀ ਆ ਵੀ ਜੋ ਚੰਗਾ ਮੈਸੇਜ ਪਹੁੰਚਾ ਸਕਦੇ ਇਹਦੇ ਜੀ ਕੋਈ ਕਬਾਹਤ ਨਹੀਂ ਹੈ ਕੋਈ ਐਸਾ ਦੀ ਗੱਲ ਨਹੀਂ ਹੈ ਵੀ ਮਲਕ ਟਿਕ ਜੜੇਗਾ ਅਸੀਂ ਵੇਖ ਲਿਆ ਆ ਕੇ ਫਿਜ਼ੀਕਲੀ ਮਲਕ ਕਿੰਨੀ ਮਿਹਨਤ ਕਰਦਾ ਤੇ ਕਿੰਨੀ ਭਾਈ ਸਾਹਿਬ ਮਿਹਨਤ ਕਰਾਉਂਦੇ ਨੇ ਇਹਦੇ ਵਿੱਚ ਸਪੋਰਟ ਕਿਦੀ ਕਿਦੀ ਆ ਇੰਨੀ ਮਿਹਨਤ ਕਰਾਉਣ ਦੇ ਵਿੱਚ ਜਿਵੇਂ ਮੈਂ ਵੇਖਿਆ ਭਾਈ ਸਾਹਿਬ ਸਿਰ ਤੇ ਖਲੋਤੇ ਆ ਮੈਂ ਮਲਖ ਸਾਹਿਬਾ ਦੇ ਹਾਂਜੀ ਬਾਜੀ ਟ੍ਰੇਨਿੰਗ ਇੱਥੇ ਬਾਜੀ ਕਰੋਂਦਾ ਇਹਨਾਂ ਦੀ ਬਹੁਤ ਮਿਹਨਤ ਦਾ ਟ੍ਰੇਨਿੰਗ ਦੇ ਵਿੱਚ ਤੇ ਬਾਕੀ ਅੱਗੇ ਦੱਸਿਆ ਤੁਹਾਨੂੰ ਇੰਟਰਵਿਊ ਦੇ ਵਿੱਚ ਵੀ ਅਸੀਂ ਜੋ ਪਹੁੰਚੇ ਹਾਂ ਇੱਥੋਂ ਤੱਕ ਸਾਰੀਆਂ ਨਹੀਂ ਦੁਆਵਾਂ ਨਾ ਪਹੁੰਚੇ ਹਾਂ ਸਾਰ ਲੇਵਲ ਤੇ ਇੱਕ ਬੰਦਾ ਹੁੰਦਾ ਉਹਦਾ ਰਹਿਨਮਾਨ ਜਿਹੜਾ ਪਹਿਲੋਂ ਉਸਤਾਦ ਆਸਪ ਪਸਤੋਲਾ ਉਹਨਾਂ ਨੇ ਬੜੀ ਰਹਿਨਮਾਈ ਕੀਤੀ ਮੇਰੀ ਉਸਤਾਦ ਆ ਫਿਰ ਅੱਗੇ ਜਾ ਕੇ ਜਿੱਦਾਂ ਇਹਦਾ ਬੰਦਾ ਸਟੈਪ ਬਾਈ ਸਟੈਪ ਉੱਤੇ ਜਾਂਦਾ ਫਿਰ ਪ੍ਰੋਫੈਸ਼ਨਲ ਬੰਦਾ ਮਿਲਦਾ ਰਹਿੰਦਾ ਰਹਿਨਮਾਈ ਲਈ ਫਿਰ ਭਈ ਸ਼ਬਾਜ ਨੇ ਕੀਤੀ ਫਿਰ ਭਈ ਤਾਰਵੇਈ ਸੀ ਉਹਨਾਂ ਨੇ ਕੀਤੀ ਤੇ ਰਾਣਾ ਸਰਵਰ ਸਾਹਿਬ ਸੀ ਇਹਨਾਂ ਦੀ ਬਹੁਤ ਇਨਾਂ ਨੇ ਨਾ ਕੀਤਾ ਮੇਰੇ ਨਾਲ ਤੇ ਇਨਸ਼ਾਅੱਲਾ ਇਹਨਾਂ ਨੂੰ ਕਰਕੇ ਵੀ ਦਿਖਾਇਆ ਮੈਨੂੰ ਜਿੰਨੀ ਕਰਵਾਈ ਕੀਤੀ ਕਿਹੜਾ ਪਲੇਅਰ ਔਖਾ ਲੱਗਾ ਕਿਦੇ ਨਾਲ ਖੇਡਣਾ ਸਾਰਿਆਂ ਨਾਲ ਔਖਾ ਲੱਗਾ ਵੀ ਇਹਨੇ ਤਾਂ ਅਜ ਤਰਾ ਮੇਰਾ ਨਾ ਵਾਟੀ ਕੜ ਛੜੇ ਮੈਂ ਗਰਾਊਂਡ 'ਚ ਜਦੋਂ ਵੜਿਆ ਨਾ ਮੈਂ ਕਦੀ ਕਿਸੇ ਤੋਂ ਨਹੀਂ ਪ੍ਰੈਸ਼ਰ ਨਹੀਂ ਲੱਗ ਕਿਸੇ ਦਾ ਵੀ ਨਹੀਂ ਲੱਗ ਕਦੀ ਗਰਾਊਂਡ 'ਚ ਜਿਹੜਾ ਅੱਗੇ ਤਗੜਾ ਪਲੇਅਰ ਆ ਉਹ ਖੁਸ਼ੀ ਮਹਿਸੂਸ ਹੁੰਦੀ ਵੀ ਅਗੋਂ ਤਗੜਾ ਜੇ ਫੜ ਵੀ ਲਊਗਾ ਇਹ ਤੇ ਨਾ ਜਾ ਕੇ ਕਵਾਂਗੇ ਫਲਾਣੇ ਫੜਿਆ ਇਹ ਕਵਾਂਗੇ ਤਗੜੇ ਨੇ ਫੜਿਆ ਟਫ ਟਾਈਮ ਵਾਲੇ ਪਲੇਅਰ ਜਿਹੜੇ ਵੈਸੇ ਤੇ ਕਾਫੀ ਨੇ ਜਿਨ੍ਹਾਂ ਦੇ ਨਾਲ ਤੁਸੀਂ ਸਮਝਦੇ ਹੋ ਵੀ ਆ ਇਹਨਾਂ ਨਾਲ ਖੇਡਣਾ ਮੁਸ਼ਕਲ ਹੈ ਲੇਕਿਨ ਆਪਣੇ ਆਪ ਨੂੰ ਤਗੜਾ ਰੱਖਿਆ ਹਾਂਜੀ ਬਿਲਕੁਲ ਟਫ ਟਾਈਮ ਮੈਨੂੰ ਦਿੱਤਾ ਜਿਹੜੇ ਲੱਤਾਂ ਦੇ ਜਾਫੀ ਨੇ ਇਹਨਾਂ ਨੇ ਦਿੱਤਾ ਬਾਕੀ ਹੋਰ ਕਿਸੇ ਨੇ ਨਹੀਂ ਦਿੱਤਾ ਟਫ ਨੇ ਜੇ ਰੇਡਰਾਂ ਦੀ ਗੱਲ ਕਰੀਏ ਪਾਕਿਸਤਾਨ ਦੇ ਵਿੱਚ ਕਿਹੜਾ ਤੁਸੀਂ ਸਮਝਦੇ ਹੋ ਵੀ ਪਾਇਦਾ ਰੇਡਰ ਹੈ ਤੇ ਅੱਛੇ ਰੇਡਰਾਂ ਦੇ ਵਿੱਚ ਜਿੰਨੂੰ ਕੰਪੇਅਰ ਕਰ ਸਕਦੇ ਮਲਕ ਬਿਨੀਆ ਮੀਨ ਦੇ ਨਾਲ ਮੈਂ ਆਪਣੇ ਹੱਬ ਨੂੰ ਚੰਗਾ ਨਹੀਂ ਕਹਿੰਦਾ ਸਹੀ ਆ ਤੇ ਬਾਕੀ ਜਿਹੜਾ ਇਹ ਸਾਰਿਆਂ ਨੂੰ ਚੰਗੀ ਗੱਲ ਹੈ ਤੇ ਬਾਕੀ ਜਿਹੜਾ ਸਾਰਿਆਂ ਤੋਂ ਅੱਛਾ ਰੈਡਰ ਆ ਬਹੁਤ ਅੱਛਾ ਇਨਸਾਨ ਵੀ ਉਹ ਨਾਲ ਉਹ ਹੀਰਾ ਬਾਟਾ ਐਜ਼ ਏ ਪਲੇਅਰ ਐਜ਼ ਏ ਇਨਸਾਨ ਅੱਛਾ ਤੇ ਅੱਛਾ ਪਲੇਅਰ ਆ ਰੈਡਰ ਆ ਪਾਕਿਸਤਾਨ ਚੱਟ ਦੇ ਪੰਜਾਬ ਮੀਡੀਆ ਪੰਜਾਬ ਦੇ ਵਿੱਚ ਕਿਹੜਾ ਸਾਰਿਆਂ ਨੂੰ ਵਧੀਆ ਪਲੇਅਰ ਲੱਗਦਾ ਅਰਸ਼ ਚੋਲਾ ਕਬੱਡੀ ਗਰਾਊਂਡਾਂ ਦੀ ਜੀ ਗੱਲ ਕਰੀਏ ਜਿਹੜਾ ਇੰਤਜ਼ਾਮ ਆ ਤਾਂ ਆਪਾਂ ਇੰਡੀਆ ਪੰਜਾਬ ਚ ਵੀ ਨਹੀਂ ਇੱਧਰ ਨਹੀਂ ਹੁੰਦੇ ਕੀ ਘਾਟ ਉਹਨਾਂ ਦੀ ਇੱਥੇ ਘਾਟੇ ਹੀ ਆ ਵੀ ਚੋਰੀ ਬਹੁਤ ਆ ਇੱਥੇ ਹਰ ਇੱਕ ਇੱਕ ਲੈ ਜਾਂਦਾ ਆਪਣਾ ਫਿਰ ਵੇਖੋ ਵੇਖੀ ਸਾਰੇ ਵਿੱਚ ਵੜ ਜਾਂਦੇ ਉਹ ਵੜ ਗਏ ਮੈਂ ਵੀ ਵੜ ਜਾਂਦਾ ਫਿਰ ਜਿਹੜਾ ਬੰਦਾ ਗਰਾਊਂਡ ਦੇ ਡਿਸਪਲਿਨ ਨਹੀਂ ਨ ਦੇਖਦਾ ਫਿਰ ਇਦਾਂ ਕਬੱਡੀ ਪ੍ਰਮੋਟ ਨਹੀਂ ਹੁੰਦੀ ਗਰਾਊਂਡ ਦਾ ਜਿਹੜਾ ਡਿਸਪਲਿਨ ਖਰਾਬ ਹੋ ਜਾਂਦਾ ਆਉਣ ਵਾਲੇ ਟਾਈਮ 'ਚ ਕਿਹਨੂੰ ਵੇਖਦੇ ਹੋ ਵੀ ਕਿਹੜਾ ਇਵੈਂਟ ਚੰਗਾ ਪਾਕਿਸਤਾਨ ਦੇ ਵਿੱਚ ਜਾਂ ਓਵਰਆਲ ਵੈਸੇ ਤੇ ਕਰੋਨਾ ਦੀ ਵਜ੍ਹਾ ਨਾਲ ਸਾਰੇ ਫਲਾਪ ਹੋਏ ਨੇ ਕਿਹੜਾ ਇਵੈਂਟ ਵਾਪਡਾ ਦੀ ਇੰਟਰ ਸਰਵਿਸ ਜਿਹੜੀ ਆ ਸਾਡੇ ਡਿਪਾਰਟਮੈਂਟ ਦੀ ਵਾਪਡਾ ਦੀ ਆਪਸ ਫਿਰ ਨੈਸ਼ਨਲ ਆ ਜਿੱਦਾਂ ਜਿੱਦਾਂ ਕੋਈ ਵੱਡੇ ਇਵੈਂਟ ਹੋਣਗੇ ਇਨਸ਼ਾਅੱਲਾ ਉਹਨਾਂ ਚ ਪਾਰਟਿਸਪੇਟ ਕਰਾਂਗੇ ਖਾਣ ਪੀਣ ਦਾ ਸ਼ੈਡਿਊਲ ਕਿਸ ਤਰ੍ਹਾਂ ਦਾ ਖਾਣ ਪੀਣ ਦਾ ਸ਼ੈਡਿਊਲ ਹੈ ਇਹ ਦੇਸੀ ਖਾਣਾ ਘਰ ਹੀ ਦੀ ਆ ਸਵੇਰ ਨੂੰ ਦਹੀਂ ਹੁੰਦਾ ਵਾ ਦਲੀਆ ਨਾਲ ਅੰਡੇ ਹੁੰਦੇ ਆ ਸ਼ਹਿਦ ਹੁੰਦਾ ਪੇਸ਼ੇਵਰ ਨੂੰ ਜਿਹੜਾ ਲਾਂਚ ਆ ਮਟਨ ਕੋਈ ਵੀ ਚੀਜ਼ ਹੋ ਜੇ ਮਟਨ ਨਾਲ لازਮੀ ਰੱਖਣਾ ਅਸ਼ਮਲ ਸਿੰਘ ਇਹ ਆ ਵੈਸੇ ਜਿਹੜੇ ਆਪਾਂ ਨਾਰਮਲੀ ਪਲੇਅਰ ਜਿਹੜੇ ਆਪਣਾ ਇਧਰ ਦੀ ਗੱਲ ਕਰੀਏ ਵੀ ਥੋੜੇ ਜਿ ਢਿੱਡ ਵੀ ਨਿਕਲੇ ਤੇ ਡੋਲੇ ਤੇ ਬਾਡੀ ਵੀ ਹੋ ਸਕਵੇ ਤੁਸੀਂ ਇੱਕ ਪ੍ਰੋਫੈਸ਼ਨਲ ਜਿਵੇਂ ਬਾਡੀ ਬਿਲਡਰ ਹੁੰਦੇ ਆ ਇਹਦੀ ਜਿਮ ਦੀ ਪ੍ਰੈਕਟਿਸ ਕੀਤੀ ਹੈ ਜਾਂ ਵੈਸੇ ਬਾਡੀ ਨੂੰ ਇਸ ਤਰ੍ਹਾਂ ਰੱਖਿਆ ਨਹੀਂ ਜਿਮ ਦੀ ਪ੍ਰੈਕਟਿਸ ਹੈ ਜਾਂ ਜਿਮ ਚ ਜਾ ਕੇ ਨਹੀਂ ਕੀਤੀ ਇੱਥੇ ਘਰ ਸੀ ਭਾਜੀ ਨੇ ਕਰਵਾਈ ਭਾਜੀ ਇੱਥੋਂ ਦਬਈਓ ਆਏ ਸੀ ਇਹਨੇ ਉੱਥੇ ਜਿਮ ਇਨਸਟ੍ਰਕਟਰ ਸੀ ਇਹਨਾਂ ਨੇ ਆਂ ਕਿਥੇ ਕਰਾਈ ਹੈ ਟ੍ਰੇਨਿੰਗ ਦੋ ਡੰਬਰ ਸੀ ਇੱਕ ਰਾੜ ਤੇ ਇੱਕ ਬੈਂਚ ਘਰ ਦਾ ਹੀ ਜਿਮ ਘਰ ਦਾ ਹੀ ਜਿਮ ਉੱਥੇ ਕੀਤੀ ਬੈਸਟ ਵਿਸ਼ੇਸ ਮਲਕ ਜੀ ਆਉਣ ਵਾਲੇ ਟਾਈਮ ਦੇ ਵਿੱਚ ਤੇ ਟਿਕਟੋਕ ਇੱਕ ਬੜਾ ਵੱਡਾ ਪਲੇਟਫਾਰਮ ਹੈ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਵਾਸਤੇ ਸੋ ਇਹ ਮਾੜੀ ਗੱਲ ਨਹੀਂ ਹੈ ਇਹਦੇ ਵਿੱਚ ਕੋਈ ਕਬਾਹਤ ਨਹੀਂ ਹੈ ਆਪਣੇ ਆਪ ਨੂੰ ਬ੍ਰਾਂਡ ਸਾਬਤ ਕਰਨ ਵਾਸਤੇ ਇਹਦੀ ਪ੍ਰੋਮੋਸ਼ਨ ਹੋਣੀ ਚਾਹੀਦੀ ਬਹੁਤ ਤੁਹਾਨੂੰ ਮੁਬਾਰਕਾਂ ਵੀ ਵਰਲਡ ਕੱਪ ਜਿੱਤਣ ਦੀ ਹੈ ਤੇ ਟਿਕਟੋਕ 스타 ਤੇ ਤੁਸੀਂ ਆ ਗਈ ਹੋ ਟਿਕਟੋਕ ਸਟਾਰ ਅਸੀਂ ਬਾਅਦ ਚ ਪਹਿਲੋਂ ਅਸੀਂ ਜਿਹੜੀ ਆਪਣੀ ਗੇਮ ਦੀ ਵਜ੍ਹਾ ਤੋਂ ਫੇਮਸ ਹੋਏ ਆ ਵਰਲਡ ਕੱਪ ਆ ਜਿਹੜੀ ਗੇਮ ਕਬੱਡੀ ਆ ਪਹਿਲੋਂ ਫਸਟ ਕਬੱਡੀ ਆ ਫਿਰ ਕੋਈ ਵੀ ਚੀਜ਼ ਜਿਹੜੀ ਪਿੱਛੇ ਉਹਨਾਂ ਤੋਂ ਬਾਅਦ ਹੋਣੀ ਆ ਪਹਿਲੋਂ ਕਬੱਡੀ ਆ ਤੇ ਅਸੀਂ ਟਿਕਟੋਕ ਤੇ ਅੱਛਾ ਮੈਸੇਜ ਲੋਕਾਂ ਨੂੰ ਦਿੰਦੇ ਰਵਾਂਗੇ ਤੇ ਦਿੰਦੇ ਹੀ ਰਹਿਣਾ ਭਾਵੇਂ ਜਿੰਨੇ ਮਰਜ਼ੀ ਖਿਲਾਫ ਹੋ ਜਾਣ ਗੱਲਾਂ ਕਰੀ ਜਾਣ ਬਾਕੀ ਅਸੀਂ ਤੁਸੀਂ ਵੀ ਦੇਖਦੇ ਜੇ ਟਿਕਟੋਕ ਤੇ ਕੋਈ ਗਲਤ ਚੀਜ਼ ਤੇ ਨਹੀਂ ਦਿੱਕਾ ਅਪਲੋਡ ਕੀਤੀ ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਹੋ ਦੂਸਿਆਂ ਵਾਸਤੇ ਮੋਟੀਵੇਸ਼ਨਲ ਵੀਡੀਓ ਬਣਾਉਂਦੇ ਹਾਂ ਬਿਲਕੁਲ ਇਨਸਾਨ ਆ ਅਸੀਂ ਇਨਸਾਨ ਆਪਣਾ ਕੋਈ ਫ੍ਰੀ ਟਾਈਮ ਜਿਹੜਾ ਕੋਈ ਯੂਜ਼ ਕਰਨੀ ਹੁੰਦੀ ਚੀਜ਼ 플레이ਰ ਵੀ ਇਨਸਾਨ ਹੀ ਹੁੰਦਾ ਨਾ ਤੇ ਇਸ ਕਰਕੇ ਅਸੀਂ ਲੋਕਾਂ ਨੂੰ ਮੈਸੇਜ ਅੱਛਾ ਦੇਈਦਾ ਕੋਈ ਵੀ ਟ੍ਰੇਨਿੰਗ ਦਾ ਦੇ ਲਈਏ ਕੋਈ ਵੀ ਦੇ ਲਈਏ ਮੈਸੇਜ ਅੱਛਾ ਦੇਈਦਾ ਵਿਆਹ ਦਾ ਕੀ ਮੂਡ ਹੈ ਵਿਆਹ ਇਨਸ਼ਾਅੱਲਾ ਕਰਾ ਲੈਣਾ ਜਲਦੀ ਜਨਮ ਦਿਨ 2 ਫਰਵਰੀ ਜਿਤੇ ਉਹ ਦਿਲ ਤੇ ਬਹੁਤ ਲੋਕਾਂ ਦੇ ਟੁੱਟ ਨੇ ਨਹੀਂ ਉਹ ਦਵਾਕ ਕਰਨੇ ਦਿਲ ਨਾ ਤੋੜਨ ਬਾਦਵਾ ਨਾ ਦੇਣ ਦਵਾਕ ਕਰਨ ਅੱਲਾਪਾ ਖੈਰ ਕਰੂਗਾ ਇਨਸ਼ਾਅੱਲਾ ਚਰਾ ਜੀ ਬਹੁਤ ਮੁਬਾਰਕਾਂ ਆਉਣ ਵਾਲੇ ਇਹ ਵੀ ਬੜਾ ਹਸੀਨ ਬੰਦਨ ਹੈ ਹਸੀਨ ਇੱਕ ਜ਼ਿੰਦਗੀ ਦਾ ਇੱਕ ਆਮ ਹਿੱਸਾ ਤੁਹਾਨੂੰ ਕਾਮਯਾਬੀ ਹੋਰ ਦੇ ਸਾਡੇ ਨਾਲ ਨੇ ਵੱਡੇ ਭਾਈ ਸਾਹਿਬ ਮਲਕਮਾਨਲਾ ਸਾਹਿਬ ਹਾਂਜੀ ਹਾਂਜੀ ਅਸਲਾਮੁਅਲੈਕੁਮ ਵਅਲੈਕੁਮ ਸਲਾਮ ਮਲਕ ਸਾਹਿਬ ਕੀ ਖਾਹੀ ਸੀ ਜਿਵੇਂ ਦੱਸਿਆ ਪਹਿਲੋਂ ਖਾਇਸ ਤੇ ਆਪਣੀ ਸੀ ਪਲੇਅਰ ਬਣਨ ਦੀ ਭਾਹ ਉਸ ਲੈਵਲ ਤੇ ਨਹੀਂ ਜਾ ਸਕੇ ਜਿੱਥੇ ਮਲ ਬਨੀਯਾਮੀਨ ਗਿਆ ਹਾਂਜੀ ਖਾਇਸ ਹੀ ਦਿਲ ਚ ਉਹ ਮੈਂ ਇੰਜਰੀ ਹੋ ਗਈ ਮੇਰਾ ਗੋਡਾ ਖਰਾਬ ਹੋ ਸੀ ਉਹਦੀ ਵਜ੍ਹਾ ਨਾਲ ਨਿਕਲ ਗਿਆ ਉਹਦੀ ਵਜ੍ਹਾ ਨਾਲ ਫਿਰ ਨਹੀਂ ਖੇਡ ਸਕਿਆ ਫਿਰ ਮੈਂ ਕਿਹਾ ਚਲੋ ਬਨੀਯਾਮੀਨ ਹੈ ਇਹਦੇ ਮਿਹਨਤ ਕਰਦੇ ਆ ਦੁਬਈ ਮੈਂ ਗਿਆ ਉੱਥੇ ਜਾ ਕੇ ਮਿਹਨਤ ਕੀਤੀ ਪਿਆਸਿਆਂ ਦੀ ਲੋਡ ਹੁੰਦੀ ਉਹ ਕਮਾਈ ਤੇ ਉਹ ਇੱਥੇ ਫੈਲਾਏ ਇੱਥੇ ਆ ਕੇ ਭਾਈ ਮੇਰਾ ਬਾਹਰ ਹੈ ਕਿਸਾਨullah ਉਹਨੇ ਵੀ ਬਹੁਤ ਅੱਬੂ ਮੇਰੇ ਨੇ ਬਹੁਤ ਮੇਰੀ ਹੈਲਪ ਕੀਤੀ ਸਾਰੇ ਇਹਦਾ ਮਤਲਬ ਵੀ ਸਾਰੇ ਜੀ ਤੁਸੀਂ ਜਿਹੜੇ ਜੇ ਆ ਭਾਈ ਜੇ ਆਪਣੀ ਸ਼ਕਲ 'ਚ ਆਪਣੇ ਉਹਦੀ ਸ਼ਕਲ 'ਚ ਆਪਣੇ ਆਉ ਨੂੰ ਬਿਲਕੁਲ ਬਿਲਕੁਲ ਮੈਂ ਬਿਲਕੁਲ ਜੀ ਆਪਣੇ ਦੋਸਤਾਂ ਨੂੰ ਕਿਹਾ ਵੀ ਕਿ ਚਲੋ ਮੈਂ ਤੁਹਾਨੂੰ ਰਲ ਗਿਆ ਹੁਣ ਉਹਨਾਂ ਨੇ ਕਿਹਾ ਨਹੀਂ ਤੂੰ ਅੱਗੇ ਨੰਗਿਆ ਯਾਰ ਇਹੋ ਬੜੀ ਫੀਲਿੰਗ ਅੱਛੀ ਮਹਿਸੂਸ ਹੋਈ ਕਿ ਬੜਾ ਉਹਨਾਂ ਨੇ ਪਿਆਰ ਦਿੱਤਾ ਵੀ ਉਹਨਾਂ ਦੋਸਤਾਂ ਨਾਲ ਹੀ ਖੇਡਦੇ ਸੀ ਸਾਰੇ ਭਾਈ ਮਾਨਾ ਸੀ ਭਾਈ ਮਸ਼ਰਫ ਤੇ ਆਪਣਾ ਸਜਾਦ ਗੁੱਜਰ ਤੇ ਬਾਬਰ ਗੁੱਜਰ ਇਹਨਾਂ ਦੇ ਨਾਲ ਮੈਂ ਇੱਕ ਇੱਕ ਮੈਚ ਖੇਡਿਆ ਮੈਂ ਤੇ ਭਾਈ ਮਾਨੇ ਨਾਲ ਇੱਕ ਖੇਡਿਆ ਮੈਂ ਗੋਡਾ ਨਿਕਲ ਗਿਆ ਜਵਾਨੀ ਜੇ ਜਵਾਨੀ ਜੇ ਮੁੰਡਿਆਂ ਦੇ ਹੁੰਦੇ ਆ ਹਸਾਬ ਕਿਤਾਬ ਹੋ ਜਾਂਦੇ ਬਨੀਯਾਮਨ ਕਿਵੇਂ ਨਹੀਂ ਬਨੀਯਾਮਨ ਤਾਂ ਮਾਸ਼ਾਅੱਲਾ ਕੋਈ ਨਹੀਂ ਇਹਦੇ ਤੇ ਬਹੁਤ ਰਾਖੀ ਰੱਖੀ ਮੈਂ ਹਾਂਜੀ ਮੈਂ ਆਪਣੀ ਸਾਰੀ ਜ਼ਿੰਦਗੀ ਇਹਦੇ ਨਾਂ ਲਈ ਹੈ ਆ ਗਾਂ ਇਹਦੇ ਬੱਚਿਆਂ ਦੀ ਵੀ ਖਿਦਮਤ ਕਰਨ ਦੀ ਇੰਗਿਆ ਸਾਡਾ ਹੱਕ ਬਣਦਾ ਤੂੰ ਇੱਥੋਂ ਤੱਕ ਯਾਨੀ ਸਾਡੇ ਪਿੰਡ ਨੂੰ ਸਾਡੇ ਮੁਲਕ ਨੂੰ ਇੰਨੀ ਖੁਸ਼ੀ ਵੀ ਵਿਖਾਈ ਆ ਸਾਡਾ ਹੱਕ ਆ ਤੇਰੇ ਬੱਚਿਆਂ ਦੀ ਵੀ ਖਿਦਮਤ ਕਰੀਏ ਬਹੁਤ ਸ਼ੁਕਰੀਆ ਮਲਕ ਸਾਹਿਬ ਕਾਨਲਾ ਸਾਹਿਬ ਮਲਕ ਬਨੀਯਾਮਨ ਜਿਹੜੇ ਪਾਕਿਸਤਾਨ ਦੇ ਸੁਪਰਸਟਾਰ ਨੇ ਟਿਕਟੌਕ ਦੇ ਸਟਾਰ ਨੇ ਜਿੱਥੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੀ ਹੈ ਮਾਂ ਖੇਡ ਕਬੱਡੀ ਦੀ ਨੂੰ ਲੈ ਕੇ ਉਹਦੀ ਪ੍ਰੋਮੋਸ਼ਨ ਲਈ ਉਹਦੇ ਵਿਧਾਨ ਲੈ ਕੇ ਗਰਾਉਂਡਾਂ ਤੇ ਜਾ ਕੇ ਇਸ ਤਰ੍ਹਾਂ ਦੇ ਸtare ਹੀਰੇ ਜਿਹੜੇ ਆ ਉਹਨਾਂ ਨਾਲ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਮਿਲਦੇ ਆਂ ਫਿਰ ਰੱਬ ਰੱਖੇ